ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੋਂ ਸਭ ਆਖੋ ਵੀ ਜਾਣਦੇ ਹੋ ਕਿ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਐਲਾਨ ਕੀਤਾ ਸੀ ਕਿ ਕਿਸੇ ਵੀ ਸਤਿਕਾਰ ਕਮੇਟੀ ਨੂੰ ਇਹ ਅਧਿਕਾਰ ਨਹੀਂ ਕਿ ਉਹ ਕਿਸੇ ਵੀ ਸਿੱਖ ਦੇ ਘਰ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਚੱਕ ਕੇ ਲੈ ਜਾ ਸਕਣ, ਜਿਸ ਦਾ ਸਿੰਘਾਂ ਵੱਲੋਂ ਸਤਿਕਾਰ ਕਮੇਟੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ। ਪਰ ਸਤਿਕਾਰ ਕਮੇਟੀ ਲਗਾਤਾਰ ਬਦਸਤੂਰ ਆਪਣੇ ਕਾਰਜ ਕਰ ਰਹੀ ਹੈ। ਹਾਲ ਹੀ ਦੇ ਵਿੱਚ ਪਿੰਡ ਚੀਮਾਬਾਠ ਨਜ਼ਦੀਕ ਬਾਬਾ ਬਕਾਲਾ ਸਾਹਿਬ ਵਿਖੇ ਭਾਈ ਬਚਿੱਤਰ ਸਿੰਘ ਸ਼ੌਕੀ ਦੇ ਘਰ ਪਹੁੰਚੇ ਭਾਈ ਬਲਵੀਰ ਸਿੰਘ ਮੁੱਛਲ। ਤੁਹਾਨੂੰ ਦੱਸ ਦਈਏ ਕਿ ਭਾਈ ਬਚਿੱਤਰ ਸਿੰਘ ਬੀਤੇ ਲੰਬੇ ਸਮੇਂ ਤੋਂ ਇਟਲੀ ਵਿੱਚ ਰਹਿੰਦੇ ਨੇ, ਪਰ ਇੱਥੇ ਪਹੁੰਚ ਕੇ ਉਹਨਾਂ ਨੇ ਕੀ ਕੁਝ ਕੀਤਾ ਤੇ ਕਿਉਂ ਇੱਥੇ ਪਹੁੰਚੇ, ਤੁਸੀਂ ਆਪ ਵੇਖੋ ਅਤੇ ਸੁਣੋ ਵੀ। ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਭਾਈ ਬਚਿੱਤਰ ਸਿੰਘ ਪਿੰਡ ਚੀਮਾ ਘਰ ਦੇ ਗੇਟ ਦੇ ਬਿਲਕੁਲ ਨਜ਼ਦੀਕ ਛੋਟਾ ਜਿਹਾ ਆਲਾ ਬਣਿਆ ਸੀ। ਭਾਈ ਬਚਿੱਤਰ ਸਿੰਘ ਨੇ ਫੋਨ 'ਤੇ ਜਾਣਕਾਰੀ ਦਿੱਤੀ ਹੈ ਕਿ ਮੇਰੀ ਮਾਤਾ ਜੀ ਆਪਣੇ ਘਰ ਵਿੱਚ ਹੀ ਆਵਾਜ਼ ਜਗਾਉਂਦੇ ਸਨ। ਉਹਨਾਂ ਦੀ ਮਾਤਾ ਦੀ ਡੈਥ ਹੋਈ ਨੂੰ ਕਾਫੀ ਸਮਾਂ ਹੋ ਗਿਆ ਅਤੇ ਭਾਈ ਬਚਿੱਤਰ ਸਿੰਘ ਹੁਣੀ ਇਟਲੀ ਵਿੱਚ 21 ਸਾਲ ਤੋਂ ਰਹਿ ਰਹੇ ਨੇ ਅਤੇ 21 ਸਾਲ ਤੋਂ ਰਹਿ ਰਹੇ ਨੇ ਅਤੇ 21 ਸਾਲ ਤੋਂ ਬਾਅਦ 3 ਸਾਲ ਹੋ ਗਏ ਨੇ ਅੱਜ ਭਾਈ ਬਚਿੱਤਰ ਸਿੰਘ ਨੂੰ ਪਿੰਡ ਵਿੱਚ ਆਇਆਂ ਨੂੰ। ਆਹ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਜਗ੍ਹਾ ਬਣੀ ਸੀ ਉਹ ਆਪ ਜੀ ਨੂੰ ਦਿਖਾ ਰਹੇ ਹਾਂ। ਥੋੜ੍ਹਾ ਵੱਡਾ ਲੈ ਜਾਣਾ ਵਧਾਉਣ ਨਹੀਂ ਕਿੰਨੇ ਖਿਲਾਰ ਦੇ ਮਿੰਟਾਂ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ। ਇਹ ਸਾਡੇ ਹੈਡ ਗ੍ਰੰਥੀ ਸਿੰਘ ਬਾਬਾ ਜੀ ਬਹੁਤ ਬਾਬਾ ਬਕਾਲਾ ਸਾਹਿਬ ਡਿਊਟੀ ਕਰਨ ਜਾਂਦੇ ਆ। ਬਾਬਾ ਜੀ ਅੱਜ ਜਿਹੜੇ ਸਤਿਕਾਰ ਕਮੇਟੀ ਦੇ ਸਿੰਘ ਤੁਹਾਡੇ ਨਗਰ 'ਚ ਪਿੰਡ ਚੀਮਾ ਬਾਠ ਆਏ ਉਹਦੇ ਬਾਰੇ ਦੱਸਿਓ ਕਿ ਇਹ ਜਿਹੜੀ ਮਨ ਮਤ ਅੱਜ ਢਾਈ ਜਾ ਰਹੀ ਆ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਸਾਹਿਬ। ਵਾਹਿਗੁਰੂ ਜੀ ਫਤਿਹ। ਇੱਦਾਂ ਹੀ ਜੀ ਭਾਈ ਬਚਿੱਤਰ ਸਿੰਘ ਹੀ ਇਹ ਕੰਮ 'ਚ ਹੈਗਾ, ਉਹਦੇ ਰਹਿੰਦਾ ਬਾਹਰ ਵਾਹਿਗੁਰੂ ਜੀ ਅਤੇ ਮਾਤਾ ਉਹਨਾਂ ਦੀ ਦੀਵਾ ਜਗਾਉਂਦੀ ਸੀ ਅਤੇ ਮਾਤਾ ਪੂਰੀ ਹੋ ਗਈ ਆ ਹੁਣ। ਚਲੋ ਜਗ੍ਹਾ ਜ਼ਰੂਰ ਵਾ ਪਰ ਦੀਵਾ ਨੇ ਕਿਤੇ ਕਿੰਨੇ ਜਗਾਇਆ, ਤੋ ਆਪ ਉਹ ਇਹ ਚੀਜ਼ ਨੂੰ ਨਹੀਂ ਮੰਨਦਾ ਅਤੇ ਬਸ ਹੁਣ ਬਾਬੇ ਦੀ ਕਿਰਪਾ ਦੇ ਨਾਲ ਭਾਅ ਜੀ ਹੁਣੀ ਆ ਗਏ ਆ ਅਤੇ ਜਗ੍ਹਾ ਲੱਗੇ ਆ। ਕੌਣ ਆ? ਭਾਈ ਬਲਦੀਪ ਸਿੰਘ ਜੀ ਮੁਸ਼ਰ ਆਏ ਆ ਅਤੇ ਇਹਨਾਂ ਦੇ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੋ ਗੁਰੂ ਸਾਹਿਬ ਸਾਡੇ ਕੋਲ ਸੇਵਾਵਾਂ ਕਰ ਆ ਰਿਹਾ, ਪਰਿਵਾਰ ਦੀ ਸਹਿਮਤੀ ਕਿਵੇਂ ਹੋਈ? ਅੱਜ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਆਪਸ ਵਿੱਚ ਵਾਦ ਵਿਵਾਦ ਖੜ੍ਹਾ ਹੋਇਆ ਹੈ, ਜਿਸ ਕਾਰਨ ਸਾਨੂੰ ਇੱਕ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਤਿਗੁਰਾਂ ਨੇ ਕੋਈ ਬਖਸ਼ਿਸ਼ ਕੀਤੀ ਹੈ। ਅਮਰ ਸ਼ਹੀਦ ਬਾਬਾ ਦੀਪ ਸਿੰਘ ਖੰਡੇਵਾਲੇ ਦੇ ਨਾਂ 'ਤੇ ਇੱਕ ਸਤਿਕਾਰ ਕਮੇਟੀ ਅੱਜ 25 ਸਾਲ ਤੋਂ ਹੋਂਦ ਵਿੱਚ ਆਈ, ਜਦੋਂ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਅਰਨਜੀਤ ਸਿੰਘ ਜੀ ਉੱਥੋਂ ਦੇ ਜਥੇਦਾਰ ਸਨ। ਉਦੋਂ ਦੀ ਅਸੀਂ ਨਿੱਕੀ ਉਮਰ ਦੇ ਵਿੱਚ ਸੇਵਾ ਕਰਦੇ ਕਰਦੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਇਲਾਕੇ ਦੇ 'ਚ ਪਿਆਰ ਵੀ ਬੜਾ ਬਣਿਆ ਵਾ, ਬੜਾ ਪਿੰਡ ਵਾਲਿਆਂ ਨੇ ਜੀ ਆਇਆਂ ਆਖਿਆ। ਭਾਈ ਬਚਿੱਤਰ ਸਿੰਘ ਜੀ 21 ਸਾਲ ਤੋਂ ਇਟਲੀ ਦੇ ਵਿੱਚ ਯਾਨੀ ਕਿ ਆਪਣੀ ਕਿਰਤ ਕਰਨ ਵਾਸਤੇ ਗਏ ਸਨ। ਉਹਨਾਂ ਦੀ ਮਾਤਾ ਜੀ ਆਪਣੇ ਘਰ ਦੇ ਵਿੱਚ ਜਿਹੜਾ ਚਿਰਾਗ ਜਗਾਇਆ ਕਰਦੇ ਸਨ। ਮਾਤਾ ਜੀ ਦੀ ਡੈਥ ਹੋਈ ਨੂੰ ਕਿੰਨੇ ਚਿਰ ਹੋ ਗਿਆ ਜੀ? 2 ਸਾਲ। ਇੱਥੇ ਮੈਂ ਇੱਕ ਗੱਲ ਕਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ 2001 'ਚੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਜਿੱਥੇ ਕੋਈ ਬੋਹੜਾਂ ਦੀ ਕੋਈ ਮਨ ਮਤ ਵਾਲੀ ਜਗ੍ਹਾ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾ ਲਿਜਾਇਆ ਜਾਵੇ, ਭਾਵੇਂ ਘਰ ਹੋਵੇ ਅਤੇ ਭਾਵੇਂ ਉਹ ਕਿਤੇ ਕਵਰ ਹੋਵੇ, ਭਾਵੇਂ ਉੱਥੇ ਮਨ ਮਤ ਹੋਵੇ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੂੰ ਜਾਣ ਵਾਸਤੇ ਸਤਿਗੁਰਾਂ ਨੇ ਇੱਕ ਸਿਧਾਂਤ ਬਖਸ਼ਿਆ ਹੈ। ਇੱਥੇ ਅੱਜ ਜਦੋਂ ਅਸੀਂ ਪਹੁੰਚੇ ਹਾਂ, ਪਰਿਵਾਰ ਨੇ ਕਿਹਾ ਕਿ ਇਹ ਜਗ੍ਹਾ ਨੂੰ ਧਾ ਦਿੱਤਾ ਜਾਵੇ, ਉਹ ਗੁਰੂ ਸਾਹਿਬ ਕਿਰਪਾ ਕਰਿਆ। ਮੈਂ ਤੁਹਾਨੂੰ ਛੱਡ ਗਿਆ ਲੈ ਵੀ ਚੱਲਿਆ।
भाई बजेत्र सिंह जी फोन के उत्ते गल कर रहे हैं, वो भी आप जी सुना दें, वीडियो कॉल हो रही है। भाई बजेत्र सिंह जी संगत दस दौ कि किन्ने चिर तो अभी वाहेगुरु जी का खालसा वाहेगुरू जी की फतेह। समूह संगत बेनती है कि मेरे पिंड चो या मेरे जगह जो जगह जिथे मेरा सिर सिर सिर्फ गुरु ग्रंथ साहब झुकता मेरे परिवार का, इतने मैं 21 साल तो प्रकाश है घर, ये घर जिहड़ा सी साडा सारा सांझा सी, ये सिर्फ साडे माता जी दा दीवा जगाउंदे रहे आम घर च, उदा बत्ती तो बाद दीवा इदा जगदा रहा, माता पिता ने आखिया दीवा जगाउंदे रहे, आपां उहनां नूं इह करके नहीं किया क्योंकि मां प्यो नूं इक बने ते कहिंदे, उस तों बाद माता नूं 2 साल चाहे कितने होए 4 साल मैनूं इंडिया नूं होए, लगभग 4 साल इंडिया नूं आए नूं होए करके कहते मैं सारे धर्म का करना वा, जो मैं गुरुद्वारा साहब सेवा की मंदिर की सेवा की गरीब के जो कणक मंडी है कोई इको नानक गुरु नानक का सिद्धांत लैके चले गए, अवल अल्लाह नूर पाया कुदरत दे सब बंदे एक नूर दे सब उभया कौन भले को मंदे, ये सिद्धांत लैके चले हाँ, वो सिद्धांत ने मैं बाबा जी अजे तक भाई बजेत्र सिंह जी बेनती है कि आप जी नूं संगत सवाल कर रही है कि जेकर आप जी नूं सतगुरां ने सोझी बख्श दी कि आपां किसे कबर नूं जां इहो जिहे मनमत नूं नहीं जगण मनणा, आप जी नूं भावें फोन ते करके ग्रंथी सिंह दी ड्यूटी ला के इह जिहड़ा आला बणिया इह ढवा देना चाहीदा सी, अज तुहाडे मेरी बेनती सुन भाई साहब जी बेनती है आप जी नूं कि वेखो साडियां वीडियो बहुत वायरल हो रही वा, आ जिहड़े क्योंकि पिंडां दे जिहड़े पखंडी बैठे आ पखंडी ओड़े पखंडी आ लोकां नूं पुठे राहे पा आउंदे आ, जिसे कौम नूं कई जिहड़े भोले भाले लोक आ जांदे आ कि तुहाडे घर लड़ाई तां रहिंदी आ, तुहाडे घर लड़ाई तां रहिंदी आ, तुहाडे घर आ जिहड़ा वा बरकत तां नहीं आउंदी, वडेरे चिराग जगाउंदे सी तुसीं चिराग जगाउणा शुरू करो, जिस करके लोक मेरी बेनती सुन ला पहला हाँ जी, मैं जी बेनती करता वा कि कई बंबिया के कोठे जी मोटर होंगी जी खेतों को पानी दी फसल पलती है तो घर पैसा आता वा, उस मोटर का भावें कोठा नहीं पैंदा, तो जे कोई पखंडी कह दे कि तुहाडे खूते शहीदां दी जगह वा तो मैं चंगा भला कमरा जे ते लख रुपया ला के लोग बना लेंगे, लख रुपया ला के मैं कमरे बने वेखे आ, बंबी का कोठा जी मोटर अपन चोर चोरी करके लै जाण, अज मैं बेनती करदा वा, बाकी गल्लां आप जी बाद च करांगे, बहुत धन्यवाद आप जी का कि अज तुहाडे घर जी जगह बनी सी, ये जी भाई बजेत्र सिंह जी जो जो मारे ने साडे कोलो करवाया सही कराया वा दसो, इतने फिर संगत ने कहना कि तुहाडे घर किदां बन गई, हाँ जी
सुनो जो सिख के घर बच्चा जन्म लै गया भाई बजित्र सिंह जी सिख नहीं सिख के घर बच्चा लै गया बच्चा सिख नहीं बनता डॉक्टर के घर बच्चा जन्म लै गया डॉक्टर नहीं बनता मेरी बेनती सुनो मैं बेनती कर रहा सिख के घर बच्चा जन्म लैके सिख नहीं बनता डॉक्टर के घर बच्चा लैके डॉक्टर नहीं बनता छपाई के घर बच्चा जन्म लैके छपाई नहीं बनता हाँ जी ओहो मैं हुण मैं जिहड़ी अगली गल कर रहा वा किवें बन रहा वा उहनू डिग्री लैनी पैंदी आ उहनू सर्टिफिकेट लैने पैंदे आ उहनू पढ़ाई करनी पैंदी आ ठीक है जी उहनू पढ़ाई करनी पैंदी आ उहनू पढ़ाई करनी पैंदी आ आप जी कई मुसलमान भरा जिहड़े आ उह सिख धर्म नू बहुत फॉलो कर रहे आ बड़ा उत्साह कर रहे बहुत मुसलमान कि एक 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 चलो आप जी होर ठीक ठाक चढ़ती कला वा नहीं नहीं जी कर लाँगे कोई गल नहीं नंबर ठीक है जी भाई साहब बहुत धन्यवाद आप जी का ये जी अज चीमा बाठ पिंड थाना ब्यास ते बाबा बकाला साहब के बड़े नज़दीक पिंड चीमा बाठ पैंदा जी इत्थे भाई बजित्र सिंह का अपने ही रहायशी घर आ भाई बजित्र सिंह जी उन्होंने रहायशी इत्थे मकान वा ये पिंड के ग्रंथी सिंह हाँ जी भाई गुरु वजीत साहब की आप जी का नाम है भाई बलदेव सिंह जी ये जेड़ा समागम रखे हुक्मनामा जारी होया 2001 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਾਂਜੀ ਇੱਥੇ ਜਿਹੜੇ ਕਮਿਸ਼ਨਰ ਇੱਥੇ ਜਲਪਾਣੀ ਦੇ ਛੱਕ ਕੇ ਗਏ ਹੋਣਗੇ ਜਲਪਾਣੀ ਦੇ ਛੱਕ ਕੇ ਗਏ ਹੋਣਗੇ ਕਮਿਸ਼ਨਰ ਕਮਿਸ਼ਨਰਾਂ ਨੇ ਨਾਲ ਖਣਪੁਰ ਸਾਹਿਬ ਰਖਾਇਆ ਸੀ ਉਹਨਾਂ ਨੇ ਉਹ ਆਏ ਇੱਥੇ ਉਹ ਰਹੇ ਇੱਥੇ ਕਿਹੜੇ ਕਿਹੜੇ ਕਮਿਸ਼ਨਰ ਕੋਈ ਨਾਮ ਉਹਨਾਂ ਦਾ ਸਤਨਾਮ ਸਿੰਘ ਜੀ ਹਾਂਜੀ ਤੇ ਆਪਣਾ ਮੱਖਣ ਸਿੰਘ ਜੀ ਦਸ਼ਮੇਸ਼ ਨਗਰੀਆ ਹਾਂਜੀ
ਤੇ ਬਲਵਿੰਦਰ ਸਿੰਘ ਬਹਿਲਾ ਠੀਕ ਆ ਉਹ ਤਿੰਨ ਦਿਨ ਇੱਥੇ ਰਹੇ ਹਾਂਜੀ 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 ਤਿੰਨ ਦਿਨ ਇੱਥੇ ਮਤਲਬ ਦੱਸ ਦਿਓ ਆਪ ਜੀ ਭਾਈ ਬਚਿੱਤਰ ਸਿੰਘ ਸਾਰੇ ਆਏ ਤਕਰੀਬਨ ਮਤਲਬ ਭਾਈ ਬਚਿੱਤਰ ਸਿੰਘ ਜੀ ਆਪ ਜੀ ਦੱਸ ਦਿਓ ਬੈਂਕਾਂ ਵੀ ਆਇਆ ਦੱਸ ਦਿਓ ਆਪ ਜੀ ਦੱਸ ਦਿਓ ਬੈਂਕਾਂ ਵੀ ਆਇਆ ਸੀ ਫੋਨ ਦੇ ਉੱਤੇ ਆ ਲਾਈਵ ਗੱਲ ਭਾਈ ਬਚਿੱਤਰ ਸਿੰਘ ਜੀ ਦੱਸ ਰਹੇ ਆ ਜੀ ਸਾਰੀ ਕਵਰ ਦਾ ਜਾਂ ਸਫਾਇਆ ਕੀਤਾ ਗਿਆ ਵਾ ਤੇ ਬਾਕੀ ਜਿਹੜੀ ਗੱਲ ਉਹ ਸਾਰੀ ਕਲੀਅਰ ਕਰ ਦਾਂਗੇ ਕੋਈ ਦੋ ਕਿ ਜਿਹੜੇ ਪ੍ਰਚਾਰਕ ਇੱਥੇ ਆਏ ਆ ਉਹਨਾਂ ਨੇ ਜਗ੍ਹਾ ਨਹੀਂ ਵੇਖੀ ਤੇ ਆਣ ਕੇ ਸ੍ਰੀ ਖੰਡਪੁਰ ਸਾਹਿਬ ਕੀਤਾ ਵਾ ਮੈਂ ਸੰਗਤ ਜੀ ਬੇਨਤੀ ਕਰਦਾ ਆਪ ਜੀ ਨੂੰ ਕਿ ਗੁਰੂ ਸਾਹਿਬ ਨੇ ਕਿਰਪਾ ਕਰਕੇ ਸੇਵਾ ਸਾਡੇ ਕੋਲ ਲੈ ਲਈ ਆ ਭਾਈ ਬਚਿੱਤਰ ਸਿੰਘ ਜੀ ਦੀ ਦਿਓ ਅਤੇ ਇੱਥੇ ਸਾਡੀ ਡਿਊਟੀ ਇਕੱਲੀ ਨਹੀਂ ਬਣਦੀ ਇੱਥੇ ਜਿੰਨੇ ਵੀ ਪ੍ਰਚਾਰਕ ਆਏ ਸਨ ਉਹਨਾਂ ਦੀ ਡਿਊਟੀ ਬਣਦੀ ਸੀ ਜੇ ਮੇਰੇ ਕੋਈ ਮਾਫ਼ੀ ਦੇ ਦਿਓ ਮੈਨੂੰ ਕਿਉਂਕਿ ਸੇਵਾ ਕਰ ਰਹੇ ਹਾਂ ਕਰਦੇ ਰਹਾਂਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਅੰਤ ਤਾਂ ਇੱਕੋ ਹੀ ਗੱਲ ਕਹਿਣਾ ਚਾਹਾਂਗੇ ਸਤਿਕਾਰ ਕਮੇਟੀਆਂ ਜੋ ਵੀ ਕੰਮ ਕਰ ਰਹੀਆਂ ਨੇ ਬੇਸ਼ੱਕ ਉਹ ਗੁਰਮਤਿ ਦੇ ਅਨੁਸਾਰ ਬਿਲਕੁਲ ਸਹੀ ਹੈ ਪਰ ਜੇ ਸਤਿਕਾਰ ਕਮੇਟੀਆਂ ਉੱਤੇ ਅਜਿਹੇ ਇਲਜ਼ਾਮ ਲੱਗਦੇ ਨੇ ਕਿ ਪੁਰਾਤਨ ਹਸਤਲਿਖਤ ਸਰੂਪ ਇਹਨਾਂ ਨੇ ਸਿੰਘਾਂ ਦੇ ਘਰਾਂ ਦੇ ਵਿੱਚ ਚੱਕੇ ਨੇ ਇਹ ਦਾਅਵਾ ਕਰਕੇ ਕਿ 15 ਤੋਂ 16 ਦਿਨਾਂ ਦੇ ਵਿੱਚ ਉਹ ਵਾਪਸ ਕਰ ਦੇਣਗੇ ਪਰ ਉਹ ਸਰੂਪ ਕਿੱਥੇ ਗਏ ਕਿੱਥੇ ਰੱਖੇ ਵਾਪਸ ਕਿਉਂ ਨਹੀਂ ਕੀਤੇ ਤਾਂ ਕਿਤੇ ਨਾ ਕਿਤੇ ਅਜਿਹੇ ਸਵਾਲ ਸਤਿਕਾਰ ਕਮੇਟੀ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਕੇ ਖੜਾ ਕਰ ਦਿੰਦੇ ਨੇ ਕਿਉਂਕਿ ਇਹ ਜਲੰਧਰ ਦਾ ਹੀ ਪਰਿਵਾਰ ਹੈ ਜਿਨ੍ਹਾਂ ਦਾ ਇੱਕ ਬਜ਼ੁਰਗ ਆਪਣੇ ਤੋਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਦੂਰ ਹੋਣ ਦੇ ਦਰਦ ਦੇ ਵਿੱਚ ਸਦੀਵੀ ਵਿਛੋੜਾ ਦੇ ਗਿਆ ਪਰਿਵਾਰ ਨੂੰ ਪਰ ਅਜੇ ਤੱਕ ਉਸ ਪਰਿਵਾਰ ਨੂੰ ਉਹਨਾਂ ਦਾ ਉਹ ਹਸਤਲਿਖਤ ਸਵਰੂਪ ਉਹਨਾਂ ਦਾ ਉਹ ਪੁਰਾਤਨ ਸਵਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਾਸਲ ਨਹੀਂ ਹੋਇਆ ਜੋ ਬਟਵਾਰੇ ਵੇਲੇ ਉਹ ਪਾਕਿਸਤਾਨ ਤੋਂ ਆਪਣੇ ਨਾਲ ਛਾਤੀ ਨਾਲ ਲਾ ਕੇ ਭਾਰਤ ਲੈ ਕੇ ਆਏ ਸਨ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸਾਰੇ ਮਾਮਲੇ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ SGPC ਦੇ ਪ੍ਰਧਾਨ ਕੁਝ ਬੋਲਦੇ ਨੇ ਜਾਂ ਚੁੱਪ ਰਹਿੰਦੇ ਨੇ ਸੰਗਤ ਵੀ ਇੰਤਜ਼ਾਰ ਕਰ ਰਹੀ ਹੈ ਕਿ ਆਖਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ 267 ਸਵਰੂਪ SGPC ਦੀ ਨੱਕ ਹੇਠੋਂ ਗਾਇਬ ਹੋਏ ਨੇ ਆਖਿਰ ਉਹ ਕਿੱਥੇ ਗਏ ਨੇ ਤੇ ਜਿੱਥੇ ਤੱਕ ਗੱਲ ਰਹੀ ਸਤਿਕਾਰ ਕਮੇਟੀ ਦੀ ਤੇ ਸਤਿਕਾਰ ਕਮੇਟੀ ਦੇ ਕਾਰਜ ਬਾਰੇ ਸਤਿਕਾਰ ਕਮੇਟੀ ਬਾਰੇ ਸੰਗਤ ਕੀ ਸੋਚਦੀ ਹੈ ਤੁਸੀਂ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।